ਆਪਾਂ ਸਰਬਾਤੀ ਸੰਗਤਾਂ ਬੜੇ ਵੱਡਿਆਂ ਭਾਗਾਂ ਵਾਲੇ ਹਾਂ। ਦੀਨ ਦੁਨੀਆਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਸਤਿਯੁਗ ਧਰਤੀ ਦੇ ਉੱਤੇ ਅਤੇ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਜੇ ਹੈ। ਆਪ ਗੁਰੂ ਕੀਆਂ ਸੰਗਤਾਂ ਨੇ ਮਹਾਂਪੁਰਖਾਂ ਦੇ ਕੋਲੋਂ ਜੋ ਮੇਥੋਂ ਪਹਿਲਾਂ ਕਥਾ ਕਰ ਰਹੇ ਸਨ, ਆਪ ਗੁਰੂ ਕੀਆਂ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਗੁਰੂ ਖਾਲਸਾ ਜੀ, ਗੁਰੂ ਕੀ ਬਾਣੀ ਕਹਿੰਦੀ ਆ, ਕਹਿਬੇ ਕੋ ਸੋਭਾ ਨਹੀਂ ਦੇਖਾਂ ਹੀ ਪ੍ਰਵਾਨ। ਜਿੱਡੀ ਵੱਡੀ ਉਸਤਤ ਕਰ ਗਏ ਨੇ, ਸਾਡੇ ਅਰਗੇ ਤਾਂ ਗੁਰੂ ਖਾਲਸਾ ਜੀ ਕੀੜੀ ਦੇ ਬਰਾਬਰ ਹਨ। ਧੰਨ ਬਾਬਾ ਨਿਧਾਨ ਸਿੰਘ ਸਾਹਿਬ ਜੀ, ਬਾਬਾ ਹਰਨਾਮ ਸਿੰਘ ਸਾਹਿਬ ਜੀ, ਬਾਬਾ ਆਤਮਾ ਸਿੰਘ ਸਾਹਿਬ ਜੀ, ਬਾਬਾ ਸ਼ੀਸ਼ਾ ਸਿੰਘ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਰਸੀ ਆਪ ਗੁਰੂ ਕੀਆਂ ਸੰਗਤਾਂ ਮਨਾ ਰਹੇ ਜੀ। ਖਾਲਸਾ ਜੀ, ਬਾਬਾ ਨਿਧਾਨ ਸਿੰਘ ਸਾਹਿਬ ਜੀਆਂ ਦੇ ਜੀਵਨ ਦੇ ਵਿੱਚੋਂ ਸਿੱਖਿਆ ਕੀ ਮਿਲਦੀ ਹੈ? ਭਗਤੀ ਕਿੱਡੀ ਕੁ ਵੱਡੀ ਚੀਜ਼ ਹੈ ਖਾਲਸਾ ਜੀ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪਹਿਲਾਂ ਭਗਤੀ ਕੀਤੀ ਹੈ, ਫਿਰ ਸ਼ਕਤੀ ਫੜ ਕੇ ਖੰਡਾ ਦੁਸ਼ਮਣਾਂ ਦੇ ਆਹੂ ਲਾਏ ਨੇ। ਭਗਤੀ ਚੀਜ਼ ਕੀ ਹੁੰਦੀ ਹੈ ਖਾਲਸਾ ਜੀ? ਭਾਵੇਂ ਫੌਜ ਦੀ ਨੌਕਰੀ ਕਰਦੇ ਨੇ, ਫੌਜ ਦੀ ਨੌਕਰੀ ਤੋਂ ਬਾਅਦ ਕਿਹਾ ਪਰੇਡ ਦੇ ਵਿੱਚ ਨਹੀਂ ਗਏ। ਆਪ ਗੁਰੂ ਕੀਆਂ ਸੰਗਤਾਂ ਇਤਿਹਾਸ ਨਾਲੋਂ ਜਾਣੂ, ਜੇ ਮੈਂ ਘੁੰਮ ਘੁਮਾ ਕੇ ਜਿੰਨਾ ਕੁ ਮੇਰੀ ਮਤ ਬੁੱਧੀ ਹੈ ਮਹਾਂਪੁਰਖਾਂ ਦਾ ਜਸ ਕਰਨ ਦਾ ਮੈਂ ਯਤਨ ਕਰਾਂਗਾ। ਪਰੇਡ ਦੇ ਵਿੱਚ ਨਹੀਂ ਗਏ, ਫੌਜੀ ਨੂੰ ਜਾ ਕੇ ਕਿਹਾ ਮੈਨੂੰ ਫੌਜ ਦੇ ਵਿੱਚੋਂ ਕੱਢ ਦਿਓ, ਮੈਂ ਪਰੇਡ ਦੇ ਵਿੱਚ ਨਹੀਂ ਆਇਆ। ਕਹਿੰਦਾ ਬਾਬਾ ਜੀ ਤੁਸੀਂ ਤਾਂ ਉਹਨਾਂ ਬਾਬਾ ਜੀ ਤਾਂ ਕੀ ਕਹਿਣਾ ਸੀ, ਤੁਸੀਂ ਤਾਂ ਅੱਗੇ ਸੀ ਸਭ ਤੋਂ। ਗੁਰੂ ਖਾਲਸਾ ਜੀ ਸਮਝ ਗਏ ਜਿਹਦੀ ਭਗਤੀ ਕਰਦਾ ਖੁਦ ਆਪ ਆ ਜਾਂਦਾ। ਆਖੋ ਵਾਹਿਗੁਰੂ। ਖਾਲਸਾ ਜੀ, ਰੱਬ ਦੀ ਭਗਤੀ ਕਰੀਏ, ਰੱਬ ਖੁਦ ਆਣ ਕੇ ਆਪਣੇ ਭਗਤ ਦੇ ਕਾਰਜ ਸਵਾਰ ਦਿੰਦਾ। ਕਹਿੰਦੇ ਮੈਂ ਫੌਜ ਦੀ ਨੌਕਰੀ ਨਹੀਂ ਕਰਨੀ, ਪਹਿਲਾਂ ਫੌਜੀ ਸਾਹਿਬ ਆਉਂਦੇ ਹੁੰਦੇ ਸਨ ਨੰਦੇੜ ਸਾਹਿਬ ਦੀ ਧਰਤੀ ਦੇ ਉੱਤੇ ਤਖਤ ਸਾਹਿਬ ਦੀ ਸੇਵਾ ਕਰਨ, ਉੱਥੋਂ ਚੱਲ ਕੇ ਫੌਜ ਦੀ ਨੌਕਰੀ ਛੱਡ ਕੇ ਆ ਗਏ ਨੇ। ਆਣ ਕੇ ਸੇਵਾ ਕਿਹੋ ਜਿਹੀ ਕੀਤੀ ਹੈ? ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਚਲੋ ਜੋ ਵੀ ਹੋਇਆ, ਬਾਬਾ ਜੀ ਵਾਪਸ ਚੱਲੇ ਨੇ, ਵਾਪਸ ਜਾਣ ਲੱਗੇ ਨੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਦਰਸ਼ਨ ਦਿੱਤਾ ਹੈ। ਕਿਹਾ ਬਾਬਾ ਨਿਧਾਨ ਸਿੰਘ ਕਿੱਧਰ ਚੱਲਿਆ ਹੈ? ਅਸੀਂ ਤਾਂ ਤੈਨੂੰ ਆਪਣਾ ਜੇਬਾ ਦੇਣ ਆਏ ਹਾਂ, ਇਹ ਜੇਬੇ ਦੇ ਵਿੱਚੋਂ ਅਸੀਂ ਤੇਥੋਂ ਆਪਦੇ ਲੰਗਰ ਚਲਾਵਾਂਗੇ। ਅਸੀਂ ਤਾਂ ਤੈਨੂੰ ਆਪਣੀ ਸਾਰੀ ਮਾਇਆ ਤੇਰੇ ਚਰਨਾਂ ਵਿੱਚ ਰੱਖ ਚੱਲੇ ਹਾਂ, ਆਪਣੀ ਜੇਬ ਹੀ ਤੈਨੂੰ ਦੇ ਚੱਲੇ ਹਾਂ। ਜਿੱਦਾਂ ਗੁਰੂ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਬਾਬੇ ਦੀਪ ਸਿੰਘ ਨੂੰ ਕਿਹਾ ਸੀ, ਬਾਬਾ ਦੀਪ ਸਿੰਘ ਸਾਹਿਬ ਜੀ ਰਗੜਾ ਲਾਉਂਦੇ ਸਨ ਅਤੇ ਪਹਿਲਾਂ ਮਹਾਰਾਜ ਨੂੰ ਛਕਾਇਆ ਕਰਨਾ ਅਤੇ ਫਿਰ ਸਾਰੀ ਸੰਗਤ ਨੂੰ ਇੱਕੋ ਬਾਟੇ ਵਿੱਚੋਂ ਛਕਾ ਦਿਆ ਕਰਨਾ। ਕਿਸੇ ਸਿੱਖ ਨੇ ਪੁੱਛਿਆ, ਮਹਾਰਾਜ ਬਾਬਾ ਦੀਪ ਸਿੰਘ ਦੇ ਬਾਟੇ 'ਚੋਂ ਸ਼ਰਦਾਈ ਨਹੀਂ ਮੁੱਕਦੀ, ਦੇਗ ਨਹੀਂ ਮੁੱਕਦੀ? ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਸਿੱਖਾ ਭਾਵੇਂ ਬਾਬੇ ਦੀਪ ਸਿੰਘ ਦੇ ਬਾਟੇ ਦੇ ਵਿੱਚੋਂ ਤਿੰਨੇ ਲੋਕ ਛਕ ਲੈਣ, ਬਾਬੇ ਦੀਪ ਸਿੰਘ ਦੇ ਬਾਟੇ 'ਚੋਂ ਸ਼ਰਦਾਈ ਨਹੀਂ ਮੁੱਕਣੀ। ਇੱਦਾਂ ਹੀ ਬਾਬੇ ਨਿਧਾਨ ਸਿੰਘ ਦੇ ਉੱਤੇ ਕਿਰਪਾ ਕਰਕੇ ਕਹੀ ਹੈ ਕਲਗੀਧਰ ਪਾਤਸ਼ਾਹ ਨੇ, ਬਾਬਾ ਜੀ ਉਹ ਜੇਬਾ ਦੇ ਚੱਲੇ ਆ, ਐਸਾ ਲੰਗਰ ਚਲਾਓ, ਐਸਾ ਭਾਵਨਾ ਦੇ ਨਾਲ ਨਗੀਨਾ ਘਾਟ ਦੀ ਧਰਤੀ ਦੇ ਕੋਲੇ ਜਾ ਕੇ ਸਾਡਾ ਪ੍ਰਾਤਨ ਲੰਗਰ ਹੈ, ਜਾ ਕੇ ਲੰਗਰ ਚਲਾਓ, ਇਹ ਜੇਬਾ ਦੇ ਚੱਲੇ ਆ, ਭਾਵੇਂ ਤਿੰਨੇ ਲੋਕ ਸੱਤ ਪਤਾਲ ਆਣ ਕੇ ਛਕ ਲੈਣ, ਤੇਰੇ ਲੰਗਰ ਵਿੱਚ ਘਾਟ ਨਹੀਂ ਆਵੇਗੀ। ਖਾਲਸਾ ਜੀ ਫਿਰ ਕਿਹਾ, ਬਾਬਾ ਮਹਾਰਾਜ ਨੂੰ ਬਾਬਾ ਜੀ ਕਹਿੰਦੇ ਨੇ, ਮਹਾਰਾਜ ਜੇ ਤੁਸੀਂ ਆਓਗੇ ਸਾਡੇ ਲੰਗਰਾਂ 'ਚ, ਲੰਗਰ ਤਾਂ ਚਲਾਵਾਂਗੇ ਜੇ ਰੋਜ਼ ਸਾਡੇ ਲੰਗਰਾਂ 'ਚ ਤੁਸੀਂ ਆਵੋਗੇ। ਗੁਰੂ ਖਾਲਸਾ ਜੀ, ਜਿੱਥੇ ਖੁਦ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਚਰਨ ਪੈਂਦਾ ਹੋਵੇ, ਜਿੱਥੇ ਖੁਦ ਮਹਾਰਾਜ ਆਪ ਹਾਜ਼ਰ ਨਾਜ਼ਰ ਹੋਣ, ਉੱਥੇ 33 ਕਰੋੜ ਦੇਵੀ ਦੇਵਤੇ ਤਾਂ ਪਿੱਛੇ ਪਿੱਛੇ ਤੁਰੇ ਫਿਰਦੇ।
ਕਬੀਰ ਜੀ ਤਾਂ ਪਿੱਛੇ ਪਿੱਛੇ ਤੁਰੇ ਫਿਰਦੇ ਨੇ। ਇਹ ਖਾਲਸਾ ਜੀ ਭਗਤੀ ਦੀ ਤਾਕਤ ਹੈ, ਜਿਹਨੇ ਭਾਵਨਾ ਦੇ ਨਾਲ ਭਗਤੀ ਕਰ ਲਈ ਭਗਤੀ ਦੇ ਵਿੱਚੋਂ ਉਹ ਚੀਜ਼ ਪ੍ਰਾਪਤ ਹੋ ਜਾਂਦੀ ਹੈ ਖਾਲਸਾ ਜੀ, ਜਿਹਨੂੰ ਦੱਸਿਆ ਨਹੀਂ ਜਾ ਸਕਦਾ, ਖੁਦ ਆਪ ਹੀ ਸਮਝ ਲੈਣਾ ਕਰੋ। ਭਗਤੀ ਬੜੀ ਵੱਡੀ ਚੀਜ਼ ਆ। ਮੈਂ ਇੱਕੋ ਨਿੱਕੀ ਜਿਹੀ ਦ੍ਰਿਸ਼ਟਾਂਤ ਪਾ ਕੇ ਸਮਾਪਤੀ ਕਰਾਂ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਦੇ ਘਰ ਦੇ ਇੱਕ ਰਾਗੀ ਸਿੰਘ ਹੋਏ ਨੇ ਭਾਈ ਮਨਸਾ ਸਿੰਘ ਜੀ। ਕੀਰਤਨ ਕਰਿਆ ਕਰਨਾ, ਐਸਾ ਰਸ ਭਿੰਨਾ ਕੀਰਤਨ ਕਰਨਾ ਕਿ ਜਿੱਥੇ ਸੰਗਤ ਖਲੋਤੀ ਹੁੰਦੀ ਸੀ ਉੱਥੇ ਬਹਿ ਜਾਂਦੀ। ਕਿਸੇ ਦਾ ਭਾਵੇਂ ਕਿੱਡਾ ਵੀ ਕਾਰੋਬਾਰ ਹੋਵੇ, ਕੋਈ ਬਹੁਤਾ ਹੀ ਲੋੜਵੰਦਾ ਕੰਮ ਹੋਵੇ, ਉਹ ਵੀ ਉੱਥੇ ਬਹਿ ਜਾਂਦਾ ਸੀ, ਕਾਰੋਬਾਰ ਛੱਡ ਦਿੰਦਾ ਸੀ। ਅਤੇ ਕੱਚਾ ਘਰ ਸੀ ਅਤੇ ਕੱਚੇ ਭਾਂਡਿਆਂ 'ਚ ਰੋਟੀ ਖਾਂਦੇ ਸੀ ਭਾਈ ਮਨਸਾ ਸਿੰਘ ਜੀ। ਕਿਸੇ ਨੇ ਜਾ ਕੇ ਕਹਿ ਦਿੱਤਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਹਨੇ ਜਾ ਕੇ ਕਿਹਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਤੇਰੇ ਹੁਕਮ ਦੇ ਵਿੱਚ ਜਿਹੜਾ ਲਾਹੌਰ ਚੱਲਦਾ, ਤੇਰਾ ਸਿੱਖ ਰਾਜ ਚੱਲਦਾ, ਤੂੰ ਤਾਂ ਗੁਰੂ ਰਾਮਦਾਸ ਸਾਹਿਬ ਦੇ ਘਰ ਦੇ ਆ, ਜਿਹੜੇ ਕੀਰਤਨ ਕਰਦੇ ਉਹਨਾਂ ਨੂੰ ਪੱਕਾ ਘਰ ਬਣਾ ਕੇ ਨਹੀਂ ਦੇ ਸਕਦਾ। ਕਿਸੇ ਨੇ ਜਾ ਕੇ ਮਿਹਣਾ ਮਾਰਿਆ ਰਣਜੀਤ ਸਿੰਘ ਨੂੰ। ਰਣਜੀਤ ਸਿੰਘ ਉਸੇ ਦਿਨ ਲਾਹੌਰ ਤੋਂ ਆਪਣੇ ਹਾਥੀਆਂ ਦੇ ਉੱਤੇ ਸੋਨੇ ਦੀਆਂ ਮੋਹਰਾਂ ਦੇ ਖਜ਼ਾਨੇ ਭਰ ਕੇ ਤੁਰ ਪਿਆ। ਹਾਥੀ ਦੇ ਉੱਤੇ ਆ ਰਿਹਾ ਫੌਜਾਂ ਲੈ ਕੇ। ਭਾਈ ਮਨਸਾ ਸਿੰਘ ਜੀ ਘਰ ਸਨ, ਅਤੇ ਜਦੋਂ ਲਾਹੌਰ ਤੋਂ ਅੰਮ੍ਰਿਤਸਰ ਆਇਆ ਨਾ ਰਣਜੀਤ ਸਿੰਘ, ਰਣਜੀਤ ਸਿੰਘ ਨੂੰ ਆਉਂਦਿਆਂ ਵੇਖ ਕੇ ਅਤੇ ਆਪਣੇ ਬੂਹੇ ਟੋਲੇ, ਉਹਨੇ ਆਪਣਾ ਅਹਿਲਕਾਰ ਭੇਜਿਆ। ਜਦੋਂ ਅਹਿਲਕਾਰ ਭੇਜਿਆ, ਕਹਿੰਦਾ, ਮਨਸਾ ਸਿੰਘ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਇਆ, ਬੂਹੇ ਖੋਲ੍ਹੋ, ਜਿਹੜੀ ਚੀਜ਼ ਮੰਗਣੀ ਹੈ ਮੰਗ ਲਓ। ਕਹਿੰਦੇ, ਸਾਨੂੰ ਕੁਝ ਨਹੀਂ ਚਾਹੀਦਾ, ਤੂੰ ਇਹਨੂੰ ਕਹਿ ਆਪਦੇ ਮਹਿਲਾਂ 'ਚ ਵਾਪਸ ਚਲਾ ਜਾ। ਹੁਣ ਰਣਜੀਤ ਸਿੰਘ ਕਹਿੰਦਾ, ਭਾਈ ਮਨਸਾ ਸਿੰਘ ਜੀ, ਬੂਹੇ ਖੋਲ੍ਹੋ, ਜਿਹੜੀ ਚੀਜ਼ ਮੰਗੋਗੇ ਤੁਹਾਡੇ ਚਰਨਾਂ ਦਾ ਸੇਵਕ ਮਹਾਰਾਜਾ ਰਣਜੀਤ ਸਿੰਘ ਤੁਹਾਨੂੰ ਦੇਵਾਂਗੇ। ਅੱਗੋਂ ਭਾਈ ਮਨਸਾ ਸਿੰਘ ਕੀ ਕਹਿੰਦਾ, ਭਾਈ ਮਨਸਾ ਸਿੰਘ ਕਹਿੰਦਾ, ਰਣਜੀਤ ਸਿੰਘ ਵਾਪਸ ਚਲਾ ਜਾ, ਸਾਨੂੰ ਤੇਰੇ ਰਾਜ ਦੀ ਕੋਈ ਲੋੜ ਨਹੀਂ ਹੋ। ਕਹਿੰਦਾ, ਭਾਈ ਸਾਹਿਬ ਜੀ, ਮੈਂ ਸੁਣਿਆ ਕੱਚੇ ਭਾਂਡਿਆਂ 'ਚ ਰੋਟੀ ਪਕਾਉਂਦੇ ਜੇ ਅਤੇ ਕੱਚਿਆਂ 'ਚ ਹੀ ਖਾਂਦੇ ਜੇ। ਅੱਗੋਂ ਭਾਈ ਮਨਸਾ ਸਿੰਘ ਜੀ ਕਹਿੰਦੇ ਨੇ, ਰਣਜੀਤ ਸਿੰਘ, ਮੇਰੇ ਕੱਚੇ ਭਾਂਡੇ ਨਾ ਵੇਖ, ਤੇਰਾ ਸਾਰਾ ਲਾਹੌਰ ਦਾ ਤਖ਼ਤ ਇੱਕ ਬਰਾਬਰ ਹੋਵੇ, ਮੇਰੇ ਕੱਚੇ ਭਾਂਡਿਆਂ ਦੀ ਰੀਸ ਨਹੀਂ ਕਰਦਾ, ਜਿਹੜੀ ਮੇਰੀ ਰਸਨਾ ਵਿੱਚ ਵਰਤ ਕੇ ਗੁਰੂ ਰਾਮਦਾਸ ਸਾਹਿਬ ਦੀ ਉਸਤਤ ਕਰਾਉਂਦੇ। ਗੁਰੂ ਖਾਲਸਾ ਜੀ ਕਹਿੰਦਾ, ਮਹਾਰਾਜ, ਮੈਂ ਤੁਹਾਨੂੰ ਸਭ ਕੁਝ ਦੇਵਾਂਗਾ, ਦੱਸੋ ਤੁਹਾਨੂੰ ਚਾਹੀਦਾ ਕੀ ਹੈ। ਭਾਈ ਮਨਸਾ ਸਿੰਘ ਕਹਿੰਦਾ, ਮੈਨੂੰ ਕੁਝ ਨਹੀਂ ਚਾਹੀਦਾ, ਤੂੰ ਗੁਰੂ ਰਾਮਦਾਸ ਸਾਹਿਬ ਦੇ ਘਰ ਚੱਲਿਆ ਹੈ, ਇੱਕ ਅਰਦਾਸ ਕਰੀ ਕਿ ਮਨਸਾ ਸਿੰਘ ਜਿੰਨਾ ਤੱਕ ਉਹਦੀ ਜ਼ਿੰਦਗੀ ਰਹਿ ਲਈ ਹੈ, ਕਿਸੇ ਦੁਨਿਆਵੀ ਬਾਦਸ਼ਾਹ ਅੱਗੇ ਮੰਗਣ ਦੀ ਲੋੜ ਨਾ ਪਵੇ, ਜੇ ਮੰਗੇ ਤਾਂ ਗੁਰੂ ਰਾਮਦਾਸ ਸਾਹਿਬ ਤੋਂ ਮੰਗੇ। ਗੁਰੂ ਖਾਲਸਾ ਜੀ, ਇਹੋ ਜਿਹੀ ਭਾਵਨਾ ਹੋਵੇ ਸਿੱਖ ਦੀ, ਗੁਰੂ ਕਿਉਂ ਨਾ ਬਖਸ਼ਿਸ਼ ਕਰੇਗਾ। ਬਾਬਾ ਨਿਧਾਨ ਸਿੰਘ ਸਾਹਿਬ ਜੀ ਨੇ, ਬਾਬਾ ਹਰਨਾਮ ਸਿੰਘ ਜੀ ਨੇ, ਬਾਬਾ ਆਤਮਾ ਸਿੰਘ ਮੋਨੀ ਸਾਹਿਬ ਜੀ ਨੇ, ਕਿਸੇ ਨੇ ਪੁੱਛਿਆ ਸੀ ਨਾ, ਤੁਹਾਨੂੰ ਮਾਇਆ ਕਿੱਥੋਂ ਉਤਰਦੀ ਆ, ਤੁਹਾਡੇ ਕੋਲੇ ਨੋਟਾਂ ਦੀ ਮਸ਼ੀਨ ਹੈ। ਬਾਬਿਆਂ ਨੇ ਟੋਕਰੀ ਰੱਖਤੀ, ਕਹਿੰਦੇ, ਆਹ ਨੋਟਾਂ ਦੀ ਮਸ਼ੀਨ ਹੈ ਸਾਡੀ, ਗੁਰੂ ਕੀ ਸੰਗਤ ਨੋਟ ਇੱਦਾਂ ਭਰਾਉਂਦੀ ਹੈ, ਜਦੋਂ ਸੇਵਾ ਕਰੀਏ। ਮਾਇਆ ਦਾਸੀ ਭਗਤਾ ਕੀ ਨਿਤ ਕਾਰ ਕਮਾਵੈ। ਗੁਰੂ ਕੇ ਖਾਲਸੇ ਨੂੰ ਤਿੰਨ ਚੀਜ਼ਾਂ ਦਿੱਤੀਆਂ ਨੇ ਮਹਾਰਾਜ ਨੇ, ਜਿੱਥੇ ਭਗਤੀ ਦਿੱਤੀ, ਸ਼ਕਤੀ ਦਿੱਤੀ, ਤੀਜੀ ਸੇਵਾ। ਗੁਰੂ ਖਾਲਸਾ ਜੀ ਬਾਬੇ ਕਾਰ ਸੇਵਾ ਵਾਲਿਆਂ ਦੀ ਝੋਲੀ ਪਾਈ ਹੈ, ਗੁਰੂ ਕੇ ਦਰਬਾਰ ਇਹੋ ਜਿਹੇ ਬਣਾ ਦਿੰਦੇ ਨੇ, ਉਹਨਾਂ ਦੀ ਰੀਸ ਦੁਨੀਆਂ ਦੇ 7 ਅਜੂਬੇ ਵੀ ਨਹੀਂ ਕਰ ਸਕਦੇ। ਉਹਨਾਂ ਦੀ ਰੀਸ ਕਿੱਥੇ ਕੋਈ ਤਾਜ ਮਹਿਲ ਕਰੇਗਾ, ਕਿੱਥੇ ਕੋਈ ਗੁਰੂ ਖਾਲਸਾ ਜੀ ਲਾਲ ਕਿਲਾ ਕਰੇਗਾ, ਜਿਹੋ ਜਿਹੇ ਕਾਰਸੇ ਵਾਲੇ ਮਹਾਂਪੁਰਖਾਂ ਨੇ। ਵੇਖੋ ਕਿੱਡੀਆਂ ਕਿੱਡੀਆਂ ਬਿਲਡਿੰਗਾਂ, ਇਹ ਸਾਰਾ ਮਹਾਰਾਜ ਦੇ ਗੀਸੇ ਦਾ ਹੀ ਕਮਾਲ ਹੈ। ਗੁਰੂ ਖਾਲਸਾ ਜੀ, ਮੇਰਾ ਸਮਾਂ ਸਮਾਪਤ ਹੋ ਗਿਆ ਹੈ, ਇੰਨੀ ਕੁ ਮੇਰੀ ਹਾਜ਼ਰੀ ਪ੍ਰਵਾਨ ਕਰਨੀ ਜੀ। ਬਾਬਾ ਨਿਧਾਨ ਸਿੰਘ ਅਤੇ ਬਾਬਾ ਹਰਨਾਮ ਸਿੰਘ, ਬਾਬਾ ਆਤਮਾ ਸਿੰਘ, ਬਾਬਾ ਸ਼ੀਸ਼ਾ ਸਿੰਘ ਜੀ ਕਿਤੇ ਗਏ ਨਹੀਂ, ਉਸੇ ਰੂਪ ਦੇ ਵਿੱਚ ਆਣ ਕੇ ਬਾਬਾ ਬਲਵਿੰਦਰ ਸਿੰਘ ਸਾਹਿਬ ਅਤੇ ਬਾਬਾ ਨਰਿੰਦਰ ਸਿੰਘ ਸਾਹਿਬ ਵਿੱਚ ਵਰਤ ਰਹੇ ਨੇ। ਭਾਵਨਾ ਵਾਲੀ ਅੱਖ ਹੋਵੇਗੀ ਖਾਲਸਾ ਜੀ, ਉਸੇ ਵੇਲੇ ਪਤਾ ਲੱਗ ਜਾਏਗਾ। ਬੁੱਲੇ ਸ਼ਾਹ ਕਹਿੰਦਾ ਹੈ,
ਕਹਿੰਦਾ ਰੱਬ ਤੇ ਇਥੋਂ ਵੱਖ ਨਹੀਂ ਵੇਖਣ ਵਾਲੀ ਅੱਖ ਨਹੀਂ, ਪਹਿਲਾਂ ਸੰਤ ਨੂੰ ਮਿਲੇਗਾ ਰੱਬ ਦੀ ਪ੍ਰਾਪਤੀ ਹੋਊ, ਜੇ ਸੰਤਾਂ ਦੇ ਚਰਨਾਂ ਵਿੱਚ ਨਹੀਂ ਲੱਗਾ ਤੇ ਸਮਝ ਲੈ ਰੱਬ ਦੀ ਪ੍ਰਾਪਤੀ ਨਹੀਂ। ਖਾਲਸਾ ਜੀ ਦਾਸ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ ਬਾਬਾ ਨਰਿੰਦਰ ਸਿੰਘ ਸਾਹਿਬ ਜੀ, ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਨੇ ਵੇਖੋ ਕਿੱਡੇ ਵੱਡੇ ਰੰਗ ਭਾਗ ਲੱਗੇ ਨੇ ਖਾਲਸਾ ਜੀ ਮਹਾਂਪੁਰਖਾਂ ਦੀ ਕਮਾਈ ਨੂੰ। ਦਾਸ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਸਾਹਿਬ ਜੀ ਮਿਸਲ ਸ਼ਹੀਦਾਂ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਵੱਲੋਂ ਹਾਜ਼ਰੀ ਭਰਦਾ ਹੈ ਜੀ। ਸੰਤ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਸ਼ਹੀਦੀ ਬਾਗ ਵਾਲੇ ਮਹਾਂਪੁਰਖ, ਤਿੰਨਾਂ ਵੱਲੋਂ ਹਾਜ਼ਰੀ ਭਰਦਾ ਹੋਇਆ ਖਿਮਾਂ ਦਾ ਜਾ ਚੱਕੀ ਜੀ।